ਟੈਟੂ ਦੀ ਨਾ ਕੇਅਰ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਜਿੱਦਾਂ ਸਮਝ ਲਓ ਟੈਟੂ ਜਿਹੜਾ ਹੁੰਦਾ ਨਾ ਇਹ ਨਾ ਆਰਟਿਸਟ ਨੇ ਸੂਈਆਂ ਮਾਰੀਆਂ ਤੁਹਾਡੇ ਸੂਈ ਮਾਰ ਕੇ ਤੁਹਾਡੀ ਸਕਿਨ ਦੀ ਫਸਟ ਲੇਅਰ ਹੁੰਦੀ ਐਪੀਡਰਮਿਸ ਟਰਾਂਸਪੇਰੈਂਟ ਹੁੰਦੀ ਪਤਲੀ ਜੁ ਹੁੰਦੀ ਸੈਕੰਡ ਲੇਅਰ ਹੁੰਦੀ ਡਰਮਿਸ ਜਿਹਦੇ ਵਿੱਚ ਇੰਕ ਹੁੰਦੀ ਆ ਠੀਕ ਆ ਉਹ ਨੀਡਲਸ ਦੇ ਵਿੱਚ ਅੰਦਰ ਕਾਫੀ ਨੀਡਲਸ ਹੁੰਦੀਆਂ ਜਿੱਦਾਂ 3 ਆਰ ਐਲ ਚ ਤਿੰਨ ਹੁੰਦੀਆਂ 5 ਆਰ ਐਲ ਚ ਪੰਜ ਹੁੰਦੀਆਂ 7 ਆਰ ਐਲ ਚ ਸੱਤ ਹੁੰਦੀਆਂ ਉਹ ਡਰਮਿਸ ਦੇ ਵਿੱਚ ਇੰਕ ਨੂੰ ਛੱਡ ਕੇ ਬਾਹਰ ਆ ਜਾਂਦੀਆਂ ਠੀਕ ਆ ਆਰਟਿਸਟ ਨੇ ਟੈਟੂ ਬਣਾਇਆ ਉਹ ਉਹ ਕੋਈ ਇਨਕ ਕੋਈ ਪੱਕੀ ਨਹੀਂ ਹੈਗੀ ਇਹ ਕੋਈ ਇਹਦੇ ਅੰਦਰ ਕੋਈ ਇਹ ਨਹੀਂ ਵਿੱਚ ਫੇਵਿਕੋਲ ਆ ਕੁਝ ਨਹੀਂ ਹੈਗਾ ਇਹ ਸਿਰਫ ਨਾਰਮਲ ਇਨਕ ਆ ਤੁਸੀਂ ਸਭ ਨਾਲ ਧੋਂਗੇ ਲੱਥ ਵੀ ਜਾਣੀ ਇਹ ਕੀ ਗੱਦਾ ਡਰਮਿਸ ਦੇ ਵਿੱਚ ਜੇ ਰਹਿ ਗਈ ਤੇ ਟੈਟੂ ਤੁਹਾਡਾ ਡਾਰ ਗਿਆ ਜੇ ਤੁਸੀਂ ਕੱਢ ਦਿੱਤੀ ਤੇ ਨਿਕਲ ਗਿਆ ਕੱਢਦੇ ਕਿਦਾਂ ਜਿੱਦਾਂ ਸਮਝ ਲਓ ਔਇਲ ਲਾਉਣਾ ਹੁੰਦਾ ਇਹ ਔਇਲ ਸਿਰਫ ਧੋਣ ਤੋਂ ਪਹਿਲਾਂ ਲਾਉਣਾ ਤਾਂ ਜੋ ਸਕਿਨ ਨੂੰ ਹਲਕੀ ਜੀ ਨਰਿਸ਼ਮੈਂਟ ਮਿਲ ਜਵੇ ਤੇ ਦੂਜਾ ਧੋਣ ਲੱਗੇ ਪਾਣੀ ਨਾ ਪਵੇ ਤੇ ਧੋਣ ਤੋਂ ਬਾਅਦ ਨੈਪਕਿਨ ਦੇ ਨਾਲ ਟੈਪ ਟੈਪ ਕਰਨਾ ਹੁਣ ਨੈਪਕਿਨ ਯੂਜ਼ ਕਰਨਾ ਕਾਟਨ ਨਹੀਂ ਯੂਜ਼ ਕਰਨਾ ਟਾਵਲ ਨਹੀਂ ਯੂਜ਼ ਕਰਨਾ ਹੁਣ ਜੇ ਬੰਦਾ ਟਾਵਲ ਲਾਊਗਾ ਪਹਿਲੀ ਗੱਲ ਟਾਵਲ ਯੂਜ਼ ਹੋਇਆ ਹੁੰਦਾ ਦੋ ਤਿੰਨ ਵਾਰੀ ਉਹ ਸਟਰਲਾਈਜ਼ ਨਹੀਂ ਹੁੰਦਾ ਜਿਹੜੇ ਕਾਟਨ ਜਿਹੜੇ ਆ ਨੈਪਕਿਨ ਹੁੰਦੇ ਨਾ ਇਹ ਸਟਰਲਾਈਜ਼ ਕਰਕੇ ਭੇਜਦੀਆਂ ਕੰਪਨੀਆਂ ਮਤਲਬ ਜਿਹੜੇ ਨੈਪਕਿਨ ਹੁੰਦੇ ਜਦਾ ਵਧੀਆ ਹੁੰਦੇ ਇਹ ਤੇ ਉਹਦੇ ਨਾਲ ਨਹਣ ਤੋਂ ਪਹਿਲਾਂ ਆਇਲ ਲਗਾਉਣਾ ਬੇਬੀ ਬੇਬੀ ਮ사ਜ ਆਇਲ ਲਾਉਣਾ ਹੈਅਰ ਆਇਲ ਨਹੀਂ ਲਾਉਣਾ ਬੱਚਿਆਂ ਦੀ ਮਾਲਿਸ਼ ਕਰਨ ਨਾਲ ਤੇਲ ਲਗਾਓ ਨਾਓ ਨਹਣ ਤੋਂ ਬਾਅਦ ਨੈਪਕਿਨ ਦੇ ਨਾਲ ਦਾ ਹਲਕਾ ਜਿਹਾ ਚੱਕ ਦੋ ਉਹ ਤੋਂ ਬਾਅਦ ਦੁਬਾਰਾ ਆਇਲ ਨਹੀਂ ਲਾਉਣਾ ਫਿਰ ਇੱਦੀ ਛੱ ਤੁੱਕ ਤੇ oily ਥੱਪੀ ਰੱਖੋਗੇ ਨਾ ਤਾਂ ਦੀ ਇੱਕ ਉਹਦੀ ਬਾਹਰ ਆ ਜਾਣੀ ਕਿਉਂਕਿ ਉਹਨੇ ਕੀ ਹੋਇਆ oily ਜ਼ਿਆਦਾ ਹੋ ਗਈ ਸੀ ਕਿਉਂ ਮੋਇਸਚਰ ਜ਼ਿਆਦਾ ਹੋ ਗਿਆ ਉਤ ਬਾਅਦ ਕੋਈ ਮੋਇਸਚਰਾਈਜ਼ਰ ਲਾ ਲਿਆ ਇਦਾਂ ਕੁਛ ਨਹੀਂ ਲਾਉਣਾ ਬੰਗਾ ਪਾ ਲਈਆਂ ਜਿੱਦਾਂ ਕੁੜੀਆਂ ਨੇ ਕੜਾ ਪਾ ਲਿਆ ਫੇ ਫੇ ਵੀ ਔਖਾ ਧੁੱਪੇ ਜਾਣਾ ਰਮਲ ਪੇਟ ਕੇ ਜਾਣਾ ਪੈਣਾ ਨਾ ਮਿੱਟੀ ਪਵੇ ਨਾ ਘੱਟਾ ਨਾ ਸਨਲਾਈਟ ਤੇ ਇਹਦੇ ਤੇ ਖਾਰਿਸ਼ ਨਹੀਂ ਕਰਨੀ 5-7 ਦਿਨ ਜਿੱਦਾਂ ਖਰਿੰਡ ਹੁੰਦਾ ਇਹ ਗੰਦਾ ਜਿਹਾ ਲੱਗਣਾ ਕੋਈ ਗੱਲ ਨਹੀਂ ਲੱਗਣ ਦਿਓ ਇਹ ਗੰਦਾ ਜਿਹਾ ਲੱਗਣਾ ਆਪਣੇ ਆਪ ਹੀ ਖਰਿੰਡ ਲੱਥ ਜਾਣਾ ਹੁਣ ਕੀ ਹੋਣਾ ਜਿਹੜੀ ਇਨਕ ਹੈ ਨਾ ਡਰਮਿਸ ਚਲ ਜਾਣੀ ਉੱਪਰ ਜਿਹੜੀ ਐਪੀਡਰਮਿਸ ਹੈ ਉਹ ਲੱਥ ਗਈ ਹੈ ਨਵੀਂ ਐਪੀਡਰਮਿਸ ਆ ਜਾਣੀ ਫਰਸਟ ਲੇਅਰ ਰਿਪਲੇਸ ਹੋ ਗਈ ਡਰਮਿਸ ਦੇ ਵਿੱਚ ਇਨਕ ਰਹਿ ਗਈ ਹੈ ਨਾ ਫਿਰ ਟੈਟੂ ਡਾਰਕ ਲੱਗਣ ਲੱਪਣਾ ਕੋਈ ਵੈਸਲੀਨ ਨਹੀਂ ਲਾਉਣੀ ਕੋਈ ਸਰੋਂ ਦਾ ਤੇਲ ਨਹੀਂ ਲਾਉਣਾ ਹੈਨਾ ਕੋਈ ਨਾਰੀਅਲ ਦਾ ਤੇਲ ਉਹ ਲਗਾ ਸਕਦੇ ਆ ਪਰ ਜਿਹੜਾ ਬੈਸਟ ਹੁੰਦਾ ਨਾ ਉਹ ਟੈਟੂ ਗੂ ਕਰੀਮ ਜਾਂ ਫਿਰ ਬੇਬੀ ਮ사ਜ ਆਇਲ ਹੈਨਾ ਉਸ ਤੋਂ ਬਾਅਦ ਜਦੋਂ ਇੱਕ ਵਾਰ ਹੀਲ ਹੋ ਗਿਆ 10 ਦਿਨ ਹੋ ਗਏ ਉਸ ਤੋਂ ਬਾਅਦ ਜੋ ਮਰਜ਼ੀ ਲਾਈ ਜਾਓ ਕਿਉਂਕਿ 10 15 ਦਿਨਾਂ ਤੋਂ ਬਾਅਦ ਐਪੀਡਰਮਿਸ ਆ ਜਾਂਦੀ ਨਵੀਂ ਫਸਟ ਲੇਅਰ ਉੱਪਰ ਆ ਗਈ ਜਦੋਂ ਫਸਟ ਲੇਅਰ ਆ ਗਈ ਫਿਰ ਉਹ ਤੇ ਨਹੀਂ ਜਾਣਾ ਇਹ ਨਹੀਂ ਅੰਦਰ ਹੀ ਨਹੀਂ ਜਾਣਾ ਕਿਉਂਕਿ ਐਪੀਡਰਮਿਸ ਟ੍ਰਾਂਸਪਰਿੰਟ ਲੇਅਰ ਹੁੰਦੀ ਸਕਿੰਦੀ ਮਤਲਬ 7-10 ਦਿਨ ਤੁਹਾਨੂੰ ਆਹੀ ਕੇਅਰ ਕਰਨੀ ਪੈਣੀ ਜੇ ਕੇਅਰ ਨਹੀਂ ਕਰੋਗੇ ਅੱਜ ਦਾ ਮੈਮ ਦਾ ਟੈਟੂ ਦੇਣਾ ਇੰਕ ਨਿਕਲ ਕੇ ਬਾਹਰ ਇਦਾਂ ਹੀ ਤੁਹਾਡੇ ਟੈਟੂ ਦੇ ਵੀ ਨਿਕਲ ਜਾਣੇ ਫਿਰ ਡਾਰਕ ਕਰਨ ਦੇ ਫਿਰ ਨਵੀਆਂ ਸੂਈਆਂ ਲੱਗਣੀਆਂ ਫਿਰ ਸੇਮ ਟੈਟੂ ਬਣਾਉਣਾ ਪੈਣਾ ਫਿਰ ਪੇਨ ਵੀ ਸੇਮ ਟੂ ਸੇਮ ਹੋ ਜਾਣੀ ਫਿਰ 19